ਸ਼੍ਰੋਮਣੀ ਅਕਾਲੀ ਦਲ ਵੱਲੋਂ ਯੂਥ ਵਿੰਗ ਲਈ 2019 ਲੋਕ ਸਭਾ ਚੋਣਾਂ ਸੰਬੰਧੀ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਸ ਵਿੱਚ ਲੁਧਿਆਣੇ ਤੋਂ ਗੁਰਦੀਪ ਸਿੰਘ ਗੋਸ਼ਾ ਨੂੰ ਯੂਥ ਅਕਾਲੀ ਦਲ ਦਾ ਬੁਲਾਰਾ ਬਣਾਇਆ ਗਿਆ ਹੈ। ਜਿਸ ਤੋਂ ਬਾਅਦ ਗੁਰਦੀਪ ਸਿੰਘ ਗੋਸ਼ਾ ਦਾ ਲੁਧਿਆਣਾ ਦੇ ਬਾਜ਼ਾਰਾਂ 'ਚ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਹਨਾਂ ਨੂੰ ਸਿਰੋਪਾ ਪਾ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਗੋਸ਼ਾ ਨੇ ਕਿਹਾ ਕਿ ਅਕਾਲੀ ਦਲ ਵੱਲੋਂ ਜੋ ਉਹਨਾਂ ਨੂੰ ਡਿਊਟੀ ਸੌਂਪੀ ਗਈ ਹੈ ਉਹ ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਨਾਲ ਹੀ ਗੋਸ਼ਾ ਨੇ ਪਾਰਟੀ ਹਾਈਕਮਾਂਡ ਦਾ ਅਤੇ ਪਾਰਟੀ ਵੱਲੋਂ ਉਹਨਾਂ ਤੇ ਭਰੋਸਾ ਜਤਾਉਣ ਦਾ ਖਾਸ ਤੌਰ ਤੇ ਧੰਨਵਾਦ ਵੀ ਕੀਤਾ। ਮੈਂ ਸਮਝਦਾ ਸਾਰੇ ਵਰਕਰਾਂ ਦਾ ਜਿਹੜਾ ਜੋਸ਼ ਹੈ, ਕਿਉਂਕਿ ਵਰਕਰਾਂ ਨੇ ਬਹੁਤ ਦਾਸ ਨਾਲ ਮਿਹਨਤ ਕੀਤੀ ਆ। ਅਕਾਲ ਮਾਰਕੀਟ ਦੇ ਸਾਰੇ ਦੋਸਤ ਹੈ ਮੇਰੇ, ਚੋੜਾ ਬਾਜ਼ਾਰ ਦੇ ਆ, ਪਿੰਕ ਸਿਟੀ ਮਾਰਕੀਟ ਦੇ ਆ, ਸਾਰਿਆਂ ਨੇ ਬੜੀਆਂ ਅਰਦਾਸਾਂ ਕੀਤੀਆਂ, ਬੜੀਆਂ ਸੇਵਾਵਾਂ ਕੀਤੀਆਂ ਪਾਰਟੀ ਲਈ। ਤੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦਾ, ਬਿਕਰਮ ਸਿੰਘ ਮਜੀਠੀਆ ਸਾਹਿਬ ਦਾ ਉੱਚੇ ਤੌਰ ਤੇ ਧੰਨਵਾਦ ਕਰਦਾ ਕਿ ਉਹਨਾਂ ਨੇ ਅੱਜ ਲੋਕਾਂ ਦੀ ਆਵਾਜ਼ ਸੁਣੀ ਹੈ। ਤੇ ਹੁਣ ਮੇਰੀ ਜ਼ਿੰਮੇਵਾਰੀ ਵੱਧ ਗਈ ਹੈ, ਕਿਉਂਕਿ ਮੁੱਖ ਉਲਬਰਾ ਦੇ ਤੌਰ ਤੇ, ਕਿਉਂਕਿ ਅਕਾਲੀ ਦਲ ਦੇ ਸ਼ਬਦ ਹੋਣਗੇ, ਕਿਉਂਕਿ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਕੋਈ ਇੱਕ ਸਟ੍ਰੈਟਜੀ ਹੈ ਜੋ ਝੂਠ ਦਾ ਨੰਗਾ ਅਨਾਜ ਜੋ ਕਾਂਗਰਸ ਨੇ ਕੀਤਾ ਉਹਦੇ ਖਿਲਾਫ ਅਸੀਂ ਦੱਸਣਾ ਲੋਕਾਂ ਦੇ ਵਿੱਚ ਜਾ ਕੇ, ਜਿਹੜਾ ਅਕਾਲੀ ਦਲ ਦਾ ਸਰਕਾਰ ਦੀ 10 ਸਾਲ ਦੀਆਂ ਉਪਲਬਧੀਆਂ ਦੱਸਾਂਗੇ ਤੇ ਇਹਨਾਂ ਦੀਆਂ ਨਾਕਾਮੀਆਂ ਦੱਸ ਕੇ ਲੋਕਾਂ ਦੇ ਵਿੱਚ ਲੈ ਕੇ ਜਾਵਾਂਗੇ, ਕਿਉਂਕਿ ਆਉਣ ਵਾਲਾ ਮੇਰੇ ਖਿਆਲ ਇਲੈਕਸ਼ਨ ਬੜੀ ਛੇਤੀ 3-4 ਮਹੀਨੇ ਦੇ ਵਿੱਚ ਆ ਰਿਹਾ ਤੇ ਮੈਂ ਸਮਝਦਾ ਕਿ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣ। ਜਾਗਰਤੀ ਲੈ ਲਈ ਲੁਧਿਆਣਾ ਤੋਂ ਸੁਰਿੰਦਰ ਅਰੋੜਾ, ਸੋਨੀ ਦੀ ਰਿਪੋਰਟ।